are watching Channel Y. Channel Y, a South Asian Canadian channel. ਅਕਾਲੀ ਲੀਡਰ ਬਿਕਰਮ ਮਜੀਠੀਆ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਲਗਾਏ ਸਬੰਧਾਂ ਦੇ ਦੋਸ਼ਾਂ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਜਵਾਬ ਦਿੱਤਾ। ਰੰਧਾਵਾ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਵੱਲੋਂ ਜੇਲ੍ਹ ਵਿੱਚ ਜਿਹੜੇ ਜਨਮ ਦਿਨ ਮਨਾਏ ਜਾਣ ਦੀ ਗੱਲ ਮਜੀਠੀਆ ਕਰ ਰਿਹਾ ਹੈ ਉਹ ਉਹਨਾਂ ਦੇ ਜੇਲ੍ਹਾਂ ਦਾ ਚਾਰਜ ਲੈਣ ਤੋਂ ਪਹਿਲਾਂ ਮਨਾਇਆ ਗਿਆ ਸੀ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਚਿੱਟਾ ਲਿਆਉਣ ਦਾ ਕਾਰੋਬਾਰ ਹੀ ਬਿਕਰਮ ਮਜੀਠੀਆ ਤੋਂ ਸ਼ੁਰੂ ਹੋਇਆ ਸੀ ਪਰ ਇਸ ਦੇ ਬਾਵਜੂਦ ਸਾਡੀ ਸਰਕਾਰ ਅਤੇ ਪੁਲਿਸ ਇਸ ਤੇ ਕਾਰਵਾਈ ਨਹੀਂ ਕਰ ਰਹੀ। ਸਿਰਫ ਜੱਗੂ ਭਗਵਾਨਪੁਰੀਆ ਹੀ ਨਹੀਂ ਪੰਜਾਬ ਵਿੱਚ ਜਿੰਨੇ ਵੀ ਗੈਂਗਸਟਰ ਨੇ ਸਾਰਿਆਂ ਦਾ ਲੀਡਰ ਮਜੀਠੀਆ। ਰੰਧਾਵਾ ਨੇ ਆਖਿਆ ਕਿ ਡਰੱਗ ਰੈਕਟ ਵਿੱਚ ਫੜੇ ਗਏ ਭੋਲੇ ਨੇ ਵੀ ਇਹ ਗੱਲ ਆਖੀ ਹੈ ਕਿ ਪੰਜਾਬ ਵਿੱਚ ਡਰੱਗ ਵੇਚਣ ਦਾ ਸਰਗਣਾ ਬਿਕਰਮ ਮਜੀਠੀਆ। ਮੈਂ ਪਹਿਲੀ ਗੱਲ ਤੇ ਦੱਸਣਾ ਚਾਹੁੰਦਾ ਕਿ ਇੱਕ ਉਹਨੇ ਕਿਹਾ ਕਿ ਜਿਹੜਾ ਅੰਦਰ ਕੋਈ ਬਰਥਡੇ ਮਨਾਇਆ ਗਿਆ ਔਰ ਇਸ ਆਰਮੀ ਨੂੰ ਪੰਜਾਬ ਦੇ ਵਿੱਚ ਚਿੱਟਾ ਲਿਆਉਣ ਦਾ ਜਿਹੜਾ ਕਾਰੋਬਾਰ ਸੀ ਇਸ ਬੰਦੇ ਤੋਂ ਸਟਾਰਟ ਹੋਇਆ। ਜੱਗੂ ਭਗਵਾਨਪੁਰੀਆ ਜਾਂ ਜਿੰਨੇ ਗੈਂਗਸਟਰ ਗੈਂਗਸਟਰਾਂ ਦਾ ਲੀਡਰ ਬੜੀ ਵੱਡੀ ਗੱਲ ਹੈ ਕਿ ਉਸ ਟਾਈਮ ਅਤੇ ਅੱਜ ਵੀ ਜਿਹੜਾ ਭੋਲੇ ਨੇ ਸਟੇਟਮੈਂਟ ਦਿੱਤੀ ਸੀ ਉਹਨੇ ਕਿਹਾ ਸੀ ਕਿ ਜੇ ਕੋਈ ਪੰਜਾਬ 'ਚ ਚਿੱਟਾ ਵੇਚਣ ਦਾ ਸਰਗਣਾ ਹੈਗਾ ਤਾਂ ਉਹ ਬਿਕਰਮ ਸਿੰਘ ਮਜੀਠੀਆ। ਕੋਰਟਾਂ ਦੇ ਵਿੱਚ ਕੇਸ ਜਿਹੜਾ ਸੀਡ ਇਨਵੈਲਪ ਜਿਹੜੇ ਉਹਦੇ 'ਚ ਕੇਸ ਪਏ ਨੇ ਈਡੀ ਕੋਲ ਇਹਦੇ ਪਏ ਨੇ ਅਤੇ ਜਿਹੜੀ ਜੱਗੂ ਭਗਵਾਨਪੁਰੀਆ ਦੀ ਗੱਲ ਕਰਨੀ ਕਿ ਕਹਿੰਦਾ ਕਿ ਬਰਥਡੇ ਇੱਕ ਮੈਨੂੰ ਪਤਾ ਲੱਗਾ ਕਿ ਕਹਿੰਦਾ ਜੀ ਬਰਥਡੇ ਮਨਾਇਆ ਜਦੋਂ ਬੋਲ ਰਿਹਾ ਸੀ ਉਹ ਮੇਰੇ ਜੇਲ੍ਹ ਮਿਨਿਸਟਰ ਬਣਨ ਤੋਂ ਪਹਿਲਾਂ ਦੀ ਗੱਲ ਆ। ਦੂਸਰੀ ਚੀਜ਼ ਕਿ ਪੰਜਾਬ ਦੀਆਂ ਜਿਹੜੀਆਂ ਜੇਲ੍ਹਾਂ ਨੇ ਜੋ ਗੰਦ ਪਾਇਆ ਉਹਨਾਂ ਦੀ ਸਫਾਈ ਕਰਨ ਦਾ ਕੰਮ ਜਿਹੜਾ ਮੈਂ ਸਟਾਰਟ ਕੀਤਾ ਔਰ ਇਸ ਤੋਤਲੇ ਗੈਂਗਸਟਰ ਦੇ ਕਹਿਣ 'ਤੇ ਮੈਂ ਬੰਦ ਨਹੀਂ ਕਰੂੰਗਾ। ਤੋਤਲਾ ਮਤਲਬ ਬਿਕਰਮ ਮਜੀਠੀਆ ਕਿ ਹਰ ਚੀਜ਼ 'ਚ ਇਹ ਖੜਾ ਹੋਣਾ ਚਾਹੁੰਦਾ। ਅੱਜ ਮੈਂ ਬਾਦਲ ਸਾਹਿਬ ਵੱਡੇ ਜਿਹੜੇ ਨੇ ਬਹੁਤ ਘੱਟ ਆਉਂਦੇ ਨੇ ਮੈਂ ਉਹਨਾਂ ਨੂੰ ਵੀ ਕਰਦਾ ਕਿ ਜਿਸ ਦਿਨ ਦਾ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਲੈਂਦਾ ਅਕਾਲੀ ਦਲ ਵੀ ਪੰਜਾਬ 'ਚ ਖਤਮ ਕਰ ਦਿੱਤਾ ਔਰ ਜਿਹੜੀ ਜਵਾਨੀ ਪੰਜਾਬ ਦੀ ਸੀ ਉਹ ਵੀ ਖਤਮ ਕਰ ਦਿੱਤੀ ਗਈ ਹੈ। ਇਸੇ ਬੰਦੇ ਇੱਕ ਨੇ ਜਿਹੜਾ ਪ੍ਰਵਾਸੀਆਂ ਦੀ ਅੱਜ ਪੰਛੀਆਂ ਦੀ ਗੱਲ ਕਰਦਾ ਸੀ ਨਾ ਪ੍ਰਵਾਸੀ ਪੰਛੀ ਬੰਦ ਹੋ ਗਏ ਨੇ ਇਹ ਜਿਹੜਾ ਪ੍ਰਵਾਸੀ ਆਇਆ ਇਹਨੇ ਪੰਜਾਬ ਦੀ ਜਵਾਨੀ ਜਿਹੜੀ ਖਤਮ ਕਰਕੇ ਬਾਹਰ ਕੱਢ ਦਿੱਤੀ ਆ ਇਹ ਸਭ ਤੋਂ ਵੱਡਾ ਇਹ ਸਵਾਲ ਹੈ। ਦੂਸਰੀ ਚੀਜ਼ ਜਿਹੜੀ ਉਹਨੇ ਕਿਹਾ ਕਿ ਉਹਦੀ ਮਾਤਾ ਜਿਹੜੀ ਹੈ ਕਿ ਉਸ ਗੈਂਗਸਟਰ ਦੀ ਮਾਂ ਉਹ ਸਰਪੰਚ ਹੈ ਝੂਠ ਬੋਲਦਾ ਇਹਨੇ ਹਾਊਸ ਦੇ ਵਿੱਚ ਗਲਤ ਕਿਹਾ ਤੁਹਾਨੂੰ ਵੀ ਗਲਤ ਕਹਿ ਰਿਹਾ। ਮੇਰੀ ਸਾਡੀ ਜਿਹੜੀ ਪਾਰਟੀ ਡੈਮੋਕ੍ਰੇਸੀ 'ਚ ਧਿਆਨ ਰੱਖਦੀ ਹੈ ਪਿੰਡ 'ਚ ਇਲੈਕਸ਼ਨ ਹੁੰਦੀ ਆ ਚਾਹੇ ਸਾਡੇ ਵੱਲੋਂ ਕੋਈ ਸਰਪੰਚ ਬਣਦਾ ਪੰਚ ਬਣਦਾ ਉਹ MLA ਦਾ ਕੰਮ ਜਾਂ ਮਿਨਿਸਟਰ ਦਾ ਕੰਮ ਨਹੀਂ ਕਿ ਕਿਸੇ ਦੇ ਕਾਗਜ਼ ਰਿਜੈਕਟ ਕਰਵਾ ਇਹਨਾਂ ਦੇ ਵਿੱਚ ਸੀਗਾ ਕਿ ਕਾਗਜ਼ ਰਿਜੈਕਟ ਕਰਕੇ ਇਹਨਾਂ ਨੇ ਸਰਪੰਚੀਆਂ ਲੁੱਟੀਆਂ ਸੀ ਉਹ ਅਲੱਗ ਗੱਲ ਹੈ। ਤੀਸਰੀ ਗੱਲ ਜਿਹੜੀ ਇਹਨੇ ਕਹੀ ਆ ਹਾਈ ਕੋਰਟ ਦੇ ਵਿੱਚੋਂ ਇਹਨੇ ਮੇਰੇ ਅਗੇਂਸਟ ਇਹਨੇ ਵਕੀਲ ਕੀਤੇ ਉਹ ਪਰਿਵਾਰ ਜਿਹੜੇ ਮਹਿੰਗੇ ਵਕੀਲ ਨਹੀਂ ਸੀ ਕਰ ਸਕਦਾ ਜਿਹੜੇ ਨੇ ਕਿਹਾ ਸੀ ਕਿ CBI ਨੂੰ ਇਨਕੁਆਰੀ ਭੇਜੋ ਉਹ ਜਿਹੜੀ ਹਾਈਕੋਰਟ ਨੇ ਜੋ ਇਹਨੂੰ ਜਵਾਬ ਦਿੱਤਾ ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਕਿ ਹਾਈਕੋਰਟ ਨੇ ਕਿਹਾ ਕਿ ਮਿਨਿਸਟਰ ਦਾ ਮੀਡੀਆ ਟ੍ਰਾਇਲ ਨਹੀਂ ਚੱਲ ਸਕਦਾ ਇਹਨੂੰ ਬੜਾ ਵਧੀਆ ਉਹਦੇ ਜਵਾਬ ਮਿਲ ਗਿਆ। ਹਾਂ ਇੱਕ ਚੀਜ਼ ਜ਼ਰੂਰੀ ਆ ਅਤੇ ਜਿਹੜੀ ਇਹਨੇ ਕਿਹਾ ਕਿ ਪੁਲਿਸ ਰਲੀ ਆ ਜੇ ਰਲੀ ਆ ਵੋ ਰਲੀ ਆ ਮੈਂ ਵੀ ਕਹੂੰਗਾ ਕਿ ਸਾਡੀ ਸਰਕਾਰ ਨੇ ਜੋ ਐਕਸ਼ਨ ਕਰਨਾ ਚਾਹੀਦਾ ਜੋ ਇਹਨੇ ਅਸੈਂਬਲੀ 'ਚ ਕਿਹਾ ਉਹ ਠੀਕ ਆ ਕਿ ਜਿਹੜੀ ਪੁਲਿਸ ਆ ਉਹ ਐਕਸ਼ਨ ਨਹੀਂ ਕਰ ਰਹੀ ਇਹਦੇ 'ਚ ਐਕਸ਼ਨ ਤਾਂ ਮੰਨਿਆ ਜਾਏਗਾ ਜਿੱਦਣ ਬਿਕਰਮ ਮਜੀਠੀਆ ਦੀਆਂ ਇਨਕੁਆਰੀਆਂ ਕਰਕੇ ਇਹਨੂੰ ਅੰਦਰ ਦਿੱਤਾ ਜਾਏਗਾ। ਪੰਜਾਬ ਦੇ ਲੋਕ ਉਹ ਚੀਜ਼ ਨੂੰ ਵੇਖ ਰਹੇ ਨੇ ਕਿ ਇਹ ਜਿਹੜਾ ਸਭ ਤੋਂ ਵੱਡਾ ਚਿੱਟੇ ਦਾ ਵਪਾਰੀ ਗੱਲਾਂ ਕਰ ਰਿਹਾ ਛਾਤੀ ਕੱਢ ਕੇ ਕਰ ਰਿਹਾ ਪੰਜਾਬ ਪੁਲਿਸ ਜਾਂ ਪੰਜਾਬ ਦੇ CM ਇਹਦੇ 'ਤੇ ਐਕਸ਼ਨ ਕਿਉਂ ਨਹੀਂ ਕਰਦੇ ਲੋਕਾਂ ਦਾ ਇਸ ਪਾਸੇ ਧਿਆਨ। ਮੈਂ ਤਾਂ ਕਹਿ ਰਿਹਾ ਮੈਂ ਅੱਜ ਨਹੀਂ ਕਹਿੰਦਾ ਮੈਂ ਹਰ ਰੋਜ਼ ਕਹਿੰਦਾ ਕਿ ਸਾਡੀ ਸਰਕਾਰ ਨੂੰ ਸਾਡੀ ਪੰਜਾਬ ਪੁਲਿਸ ਨੂੰ DGP ਨੂੰ ਇਹਦੇ 'ਤੇ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਦਾ ਔਰ ਜਿਹੜਾ ਕੇਸ ਹਾਈਕੋਰਟ ਦੇ ਵਿੱਚ ਜਿਹੜਾ ਬੰਦ ਲਿਫਾਫੇ 'ਚ ਪਿਆ ਉਹਨੂੰ ਓਪਨ ਕਰਾਉਣਾ ਚਾਹੀਦਾ ਔਰ ਜਿਹੜੇ ਇਹ ਲੋਕਾਂ ਸਾਹਮਣੇ ਸੱਚਾਈ ਆਉਣੀ ਚਾਹੀਦੀ ਆ ਕਿ ਪੰਜਾਬ ਦੇ ਵਿੱਚ ਕੌਣ ਬਰਬਾਦੀ ਕਰਨ ਵਾਲਾ ਕੌਣ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲਾ ਕਿਉਂ ਪੰਜਾਬ ਦੇ ਲੋਕਾਂ 'ਚ ਇਨਸਕਿਉਰਿਟੀ ਆ ਗਈ ਕਿ ਆਪਣੇ ਬੱਚੇ ਬਾਹਰ ਕੱਢ ਦਿਉ ਉਹ ਇੱਕੋ ਹੀ ਬੰਦਾ ਉਹ ਬਿਕਰਮ ਸਿੰਘ ਮਜੀਠੀਆ ਕਰਕੇ ਲੁਕਰ ਅਤੇ ਇਹ ਮੈਂ ਤਾਂ ਹਾਊਸ 'ਚ ਕਹਿ ਦਿੱਤਾ ਕਿ ਸੁਣਵਾਈ ਕਿਉਂ ਨਹੀਂ ਹੋ ਰਹੀ ਹੈ CM ਨੂੰ ਵੇਖਣਾ ਚਾਹੀਦਾ ਮੇਰੇ ਕੋਲ ਹੋਮ ਡਿਪਾਰਟਮੈਂਟ ਕਿ ਮੈਂ ਕੀ ਕਰਨਾ ਮੈਂ ਜਿਹੜੇ ਕੋਲ ਡਿਪਾਰਟਮੈਂਟ ਉਹ ਐਕਟ ਕਰਨਗੇ ਔਰ ਵਾਕਈ ਪੰਜਾਬ ਦੇ ਤੁਸੀਂ ਜਿਹੜੇ MLA ਜਾਂ ਹੋਰਨਾਂ ਦੇ ਸਾਰਿਆਂ ਇਹੋ ਜਿਹਾ ਪੰਜਾਬ ਦੇ ਲੋਕਾਂ ਦੀ ਇੱਕੋ ਚੀਜ਼ ਹੈ ਕਿ ਬਰਗਾੜੀ ਇਸ਼ੂ ਔਰ ਜਿਹੜਾ ਚਿੱਟਾ ਵਾ ਇਹਦਾ ਇਮੀਡੀਏਟਲੀ ਇਹਦੇ 'ਤੇ ਐਕਸ਼ਨ ਹੋਣਾ ਚਾਹੀਦਾ ਔਰ ਉਹਨਾਂ 'ਤੇ ਰਿਪੋਰਟਾਂ ਦੇ ਉੱਤੇ ਇਮੀਡੀਏਟਲੀ ਕਾਰਵਾਈ ਹੋਣੀ ਚਾਹੀਦੀ। ਜੋ ਇਹਨਾਂ ਨੇ ਗੰਦ ਪਾਏ ਸੀ ਜੋ ਇਹਨਾਂ ਨੇ ਕੀਤਾ ਮੈਂ ਹਰ ਰੋਜ਼ ਉੱਥੇ ਸਖਤਾਈ ਰੱਖੀ ਆ ਔਰ ਮੈਂ ਇੱਕ ਤੁਹਾਡੇ ਰਾਹੀਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ JNK ਦੇ ਟੈਰਰਿਸਟ JNK ਤੋਂ ਟ੍ਰਾਂਸਫਰ ਹੋ ਸਕਦੇ ਨੇ ਮੈਂ ਔਰ CM ਸਾਹਿਬ ਨੇ ਲਿਸਟ ਭੇਜੀ ਹੈ 20 ਜਿਹੜੇ ਗੈਂਗਸਟਰ ਨੇ ਪੰਜਾਬ ਦੇ ਟੌਪ ਦੇ ਕਿ ਇਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚੋਂ ਬਾਹਰ ਕੱਢ ਦਿਉ ਉਹਦੇ 'ਚ ਇਹਦੇ ਵੀ ਜਿਹੜੇ ਰਾਈਟ ਹੈਂਡ ਨੇ ਜੱਗੂ ਭਗਵਾਨਪੁਰੀਆ ਦੇ ਜਾਂ ਹੋਰ ਕੋਈ ਨੇ ਬਿਸ਼ਨੋਈ ਜੋ ਵੀ ਨੇ ਜਿਹਨਾਂ ਨੂੰ ਇਹ ਪੈਟਰਨਾਈਜ਼ ਕਰਦਾ ਰਿਹਾ
ਉਹਨਾਂ ਦੇ ਵੀ ਨਾਂ ਲਿਖ ਕੇ ਭੇਜਿਆ ਗਿਆ 20 ਗੈਂਗਸਟਰ ਜਿਹੜੇ ਨੇ ਇਹਨਾਂ ਨੂੰ ਇਮੀਡੀਏਟਲੀ ਪੰਜਾਬ ਦੀਆਂ ਜੇਲ੍ਹਾਂ ਤੋਂ ਜਿਵੇਂ ਜੇ ਐਂਡ ਕੇ ਜੇ ਤੁਸੀਂ ਕੀਤਾ ਉਹਨਾਂ ਜੇਲ੍ਹਾਂ 'ਚੋਂ ਬਾਹਰ ਇੱਥੋਂ ਪੰਜਾਬ ਦੀਆਂ ਜੇਲ੍ਹਾਂ 'ਚੋਂ ਕੱਢ ਕੇ ਇਹਨਾਂ ਨੂੰ ਤਾਮਿਲਨਾਡੂ ਜਿੱਥੇ ਕੋਈ ਬੋਲੀ ਨਾ ਸਮਝ ਸਕਦਾ ਉੱਥੇ ਭੇਜ ਗਿਆ। ਮੈਂ ਪਿੱਛੇ ਮੇਰਾ DGP ਪ੍ਰਿੰਸੀਪਲ ਸੈਕਟਰੀ ਪ੍ਰਿਜ਼ਨ ਜਿਹੜੇ ਜੇਲ੍ਹ ਨੇ ਅਤੇ ਅਸੀਂ ਤਿੰਨੇ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਮਿਨਿਸਟਰ ਆਫ ਸਟੇਟ ਨੇ ਹੋਮ ਅਫੇਅਰਸ ਮਿਸਟਰ ਰੈਡੀ ਉਹਨਾਂ ਨੂੰ ਮਿਲ ਕੇ ਔਰ ਰਿਕੁਐਸਟ ਕਰਕੇ ਆਏ ਕਿ ਆਹ ਸਾਡੀ ਲਿਸਟ ਆ ਇਹ ਇਮੀਜੀਏਟਲੀ ਜਿਵੇਂ J&K ਦੇ ਬੰਦੇ ਤੁਸੀਂ ਟੈਰਿਸਟ ਬਾਹਰ ਕੱਢੇ ਨੇ ਇਹਨਾਂ ਨੂੰ ਉਸੇ ਪੈਟਰਨ 'ਤੇ ਇਹਨਾਂ ਬੰਦਿਆਂ ਨੂੰ ਇਮੀਜੀਏਟਲੀ ਜੇਲ੍ਹਾਂ ਤੋਂ ਬਾਹਰ ਕੱਢ ਦਿੱਤਾ ਜਾਏ। ਇਹਨੂੰ ਹੁਣ ਬਿਕਰਮ ਮਜੀਠੀਆ ਨੂੰ ਤਕਲੀਫ ਇਹ ਆ ਕਿ ਜੇ ਮੇਰੇ ਭਰਾ ਬਾਹਰ ਚਲੇ ਗਏ ਤਾਂ ਮੈਂ ਇਹਨਾਂ ਦੇ ਨਾਲ ਰਾਬਤਾ ਕਿਵੇਂ ਰੱਖਾਂਗਾ, ਕਿਵੇਂ ਅੰਦਰੋਂ ਜਿਹੜੀਆਂ ਫਰੌਤੀਆਂ ਜਿਹੜੀਆਂ ਇਹਦੀਆਂ ਚੱਲਦੀਆਂ ਨੇ ਉਹ ਕਿਵੇਂ ਬੰਦ ਕਰਾਂਗਾ। ਦੂਸਰੀ ਚੀਜ਼, ਇਹ ਬੰਦਾ ਜਦੋਂ ਗੱਲ ਕਰਦਾ ਅਨਵਰ ਮਸੀਹ ਜਿਹਦਾ ਐਡਾ ਵੱਡਾ ਹੁਣ ਰੈਕਟ ਫੜਿਆ ਗਿਆ ਡਰੱਗ ਦਾ, ਉਹਦੇ 'ਤੇ ਕਿਉਂ ਨਹੀਂ ਬੋਲਦਾ, ਉਹਦੇ 'ਤੇ ਕਿਉਂ ਨਹੀਂ ਦੱਸਦਾ, ਇਹ ਉਹਦੇ 'ਤੇ ਕਿਉਂ ਨਹੀਂ ਗੱਲਾਂ ਕਰਦਾ ਕਿ ਅਨਵਰ ਮਸੀਹ ਕਿਹਦਾ ਬੰਦਾ ਔਰ ਕਿਹੜੇ ਬੰਦੇ ਦਾ। ਇਹਦੇ 'ਚ ਮੈਂ ਇਹਨੂੰ ਚੈਲੇਂਜ ਕਰਦਾ ਕਿ ਸੁਖਜਿੰਦਰ ਸਿੰਘ ਰੰਧਾਵੇ ਦੇ ਉੱਤੇ ਜਿਹਦੀ ਮਰਜ਼ੀ ਇਨਕੁਆਇਰੀ ਕਰਵਾਉਣ ਨੂੰ ਮੈਂ ਤਿਆਰ ਹਾਂ, ਇਹ ਜਿੱਥੇ ਜਾਣਾ ਉੱਥੇ ਚੱਲੇ ਮੈਂ ਉੱਥੇ ਖੜਾ ਹੋਵਾਂਗਾ ਇਹਦੇ ਨਾਲ। ਔਰ ਨਾਲ ਹੀ ਮੈਂ ਇਹ ਵੀ ਕਹਿੰਦਾ ਕਿ ਗਵਰਨਮੈਂਟ ਆਫ ਇੰਡੀਆ ਨੂੰ ਕਿ ਜਿਹੜੇ ਗੈਂਗਸਟਰ ਨੇ ਇਹਨਾਂ ਨੂੰ ਇਮੀਡੀਏਟਲੀ ਪੰਜਾਬ ਦੀਆਂ ਜੇਲ੍ਹਾਂ 'ਚੋਂ ਬਾਹਰ ਕੱਢਣਾ ਚਾਹੀਦਾ, ਔਰ ਜਿਹੜੀਆਂ ਜਿਵੇਂ J&K 'ਚ ਉਸੇ ਤਰ੍ਹਾਂ ਹੀ ਸਾਡੀ ਬਾਰਡਰ ਸਟੇਟ ਆ, ਇਹ ਚੀਜ਼ਾਂ ਸਾਨੂੰ ਬਹੁਤ ਧਿਆਨ ਨਾਲ ਵੇਖਣੀਆਂ। ਯੂ ਆਰ ਵਾਚਿੰਗ ਚੈਨਲ Y, a South Asian Canadian channel.